ਉਸ ਅਹਿਵਾਲ 13 ਮਾਰਚ 2020 ਉਸ ਦੇ ਜਨਰਲ ਸੈਕਟਰੀ ਬਾਬਾ ਬਲੋਚੇ ਉਸ ਅਵਾਰਾਂ ਦੇ ਨੁਮਾਇੰਦਾ ਮਹਿਰੁਲ ਅਦਾਦ ਖੀਚ ਕਮੇਟੀ ਦੇ ਨੁਮਾਇੰਦਾ ਅਬਦੁੱਲਾ ਗੁਲਾਬ ਗੋਮਾ ਗਿੰਦ ਨੇ ਉਸ ਦੇ ਜਨਰਲ ਸੈਕਟਰੀ ਬਾਬਾ ਬਲੋਚਾ ਮਰਸ਼ੀ ਗੂੰ ਸਮਾਜੀ ਕਾਰਕੁਨ ਉਸ ਖੀਚ ਕਮੇਟੀ ਦੇ ਨੁਮਾਇੰਦਾ ਅਬਦੁੱਲਾ ਵਹਾਬ ਅਵਾਰਾਂ ਨੇ ਨੁਮਾਇੰਦਾ ਮਹਿਰੁਲ ਅਦਾਦ ਗੋਮਾ ਉਸ ਦੇ ਬਾਬਤਾ ਗਿੰਦ ਨੇ ਕੁੱਤੇ ਉਸ ਮੈਡੀਕਲ ਟੀਮ ਕਾਰਾਂ ਦੀ ਬਾਬਤ ਸਰਪਤੀ ਦਾਤਗਨ ਤੋਂ ਮਹਿਰੁੱਲਾ ਦਾਦ ਅਬਦੁੱਲਾ ਦਾਦ ਸਾਹਿਬਾ ਵਤੀ ਹੰਦ ਦਮਗਾ ਉਸ ਦਾ ਗੇਸ਼ਤਰ ਮੌਕਮ ਕਣਕ ਕਮੇਟੀਆਂ ਦੀ ਪਾਲ ਕਣਕ ਹੈਗੇ ਵਾਸਤਾ ਜਿੱਦ ਜਹਦ ਕਨਵਾਇਨ ਤੋਂ ਮਾਗੋਂ ਇਨਸਾਨ ਦੋਸਤ ਤੋਂ ਸਮਾਜੀ ਕਾਰਕੁਨਾਂ ਵੋ ਨਜ਼ਬੰਦੀ ਕਨੇ ਕਿ ਉਸ ਦੇ ਨੁਮਾਇੰਦਾ ਨੇ ਅਮਰਦਾਰੀਆ ਵੀ ਕਰਨਾ ਤਾਂ ਕਿ ਉਸ ਗੇਸ਼ਤਰ ਮੌਕਮ ਵਿੱਚੋਂ ਗੇਸ਼ਾ ਚ ਗੇਸ਼ ਵਤੀ ਗਰੀਬ ਵੋ ਤੰਗਦਸਤ ਤੋਂ ਨਾਦਰਾਹਾਂ ਨੇ ਮੁਸ਼ਕਿਲਾਂ ਆਸਾਨ ਬਿਕਨ ਸ਼ਿੰਕਰ ਅਬਦੁਲ ਨੂਰ ਬਲੋਚ ਜੋਤ ਪਾਰ ਕਸਾ ਉਸ ਪਵਿਓਸਾ ਉਸ ਰਿਪੀਅਰ ਆਰਗੇਨਾਈਜੇਸ਼ਨ ਬਲੋਚਿਸਤਾਨ ਉਸ ਯੂਟਿਊਬ ਕਾਰੀਜ਼ ਬਿਜ਼ਾ ਉਸ ਯੂਟਿਊਬ ਚੈਨਲ ਕਿ ਅਲਮ ਸਬਸਕ੍ਰਾਈਬ ਕਰਨ ਪਰ ਸਬਸਕ੍ਰਾਈਬ ਕਰਨ ਕੇ ਵਸਾ ਹਮੀ ਸੋਰੀ ਬਟਨ ਆ ਇੱਕ ਰੰਦੀ ਵਤੀ ਦਸਾ ਬਜਨ ਤੋ ਵਤੀ ਮਹਿਰਾਨੀ ਦਰ ਸ਼ਾਨੀਆ ਗੁਨ ਉਸ ਸਾ ਬਕਨ ਚੀਆ ਕੇ ਜੋਤ ਪਾਰ ਕਸਾ ਉਸ ਪਵਿਓਸਾ ਉਸ ਯੂਟਿਊਬ ਚੈਨਲ ਉਸ ਵਿਦ ਆਰਗੇਨਾਈਜੇਸ਼ਨ ਕੋਲ ਬਲੋਚਾਨੀ ਮੀਰਾਸੇ।